ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਲਾਲਜੀ ਦੇਸਾਈ ਵੱਲੋਂ ਲੁਧਿਆਣਾ ਵਿਖੇ ਪੰਜਾਬ ਪ੍ਰਧਾਨ ਨਿਰਮਲ ਕੈੜਾ ਨਾਲ ਮਿਲ ਕੇ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਲੋਕ ਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਾਂਗਰਸ ਸੇਵਾ ਦਲ ਪ੍ਰਧਾਨ ਨਿਰਮਲ ਖੈੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਦੇਸ਼ ਭਰ ਵਿੱਚ ਕਾਂਗਰਸ ਸੇਵਾ ਦਲ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਰਾਸ਼ਟਰੀ ਪ੍ਰਧਾਨ ਲਾਲਜੀ ਦੇਸਾਈ ਦੀ ਪ੍ਰਧਾਨਗੀ ਵਿੱਚ ਸਾਰੇ ਕਾਂਗਰਸ ਸੇਵਾ ਦਲ ਦੇ ਵਰਕਰਾਂ ਵੱਲੋਂ ਮੋਟਰਸਾਈਕਲ ਰੈਲੀ ਕੀਤੀ ਗਈ ਹੈ। ਅੱਜ ਕਾਂਗਰਸ ਸੇਵਾ ਦਲ ਪੰਜਾਬ ਵੱਲੋਂ ਇੱਕ ਸਕੂਟਰ ਮੋਟਰਸਾਈਕਲ ਰੈਲੀ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ, ਜੋ ਕਿ ਸਾਡੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲਜੀ ਦੇਸਾਈ ਜੀ ਦੇ ਨੇਤਰਤਵ 'ਚ, ਮੈਂ ਕਹਿੰਦਾ ਕਾਂਗਰਸ ਸੇਵਾ ਦਲ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਇਨਕਲਾਬ ਆਇਆ ਹੋਇਆ ਸੇਵਾ ਦਲ ਦਾ, ਜੋ ਮੈਂ ਸਮਝਦਾ ਅੱਜ ਤੋਂ ਪਿਛਲੇ ਲੰਬੇ ਸਮੇਂ ਤੋਂ ਜੋ ਨਹੀਂ ਸੀਗਾ। ਅੱਜ ਕਾਂਗਰਸ ਸੇਵਾ ਦਲ ਦਾ ਇੱਕ ਇੱਕ ਕਾਰਜਕਰਤਾ ਪੂਰੇ ਪੰਜਾਬ ਦੇ ਵਿੱਚ ਬੂਥ ਪੱਧਰ ਵਾਰਡ ਪੱਧਰ 'ਤੇ ਡੋਰ ਟੂ ਡੋਰ ਪੈਦਲ ਮਾਰਚ ਸਕੂਟਰ ਮੋਟਰਸਾਈਕਲ ਸਾਈਕਲ ਮਾਰਚ ਉਹ ਲੱਗਿਆ ਹੋਇਆ ਵੀ ਤਾਂ ਕਿ ਜੋ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਪਵਾ ਕੇ ਅਤੇ ਉਹਨਾਂ ਨੂੰ ਜਿਤਾਉਣਾ। ਅੱਜ ਲੁਧਿਆਣੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਸਾਡੇ ਲਾਲਜੀ ਦੇਸਾਈ ਜੀ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰੈਜੀਡੈਂਟ ਉਹ ਆਪ ਆਏ ਨੇ। ਅੱਜ ਇੱਥੋਂ ਮੇਨ ਰੋਡ ਅਬਦੁੱਲਾਪੁਰ ਬਸਤੀ ਤੋਂ ਚੱਲਦੇ ਹੋਏ, ਜੰਮੂ ਕਲੋਨੀ ਤੋਂ ਹੁੰਦੇ ਹੋਏ, ਮੇਨ ਰੋਡ ਤੋਂ ਪਹੁੰਚਦੇ ਹੋਏ, ਆਤਮ ਪਾਰਕ ਤੋਂ ਹੁੰਦੇ ਹੋਏ, ਬੱਸ ਸਟੈਂਡ ਤੋਂ ਹੁੰਦੇ ਹੋਏ, ਜਵਾਹਰ ਨਗਰ ਕੈਂਪ ਤੋਂ, ਕੋਚਰ ਮਾਰਕੀਟ ਤੋਂ, ਸ਼ਾਮ ਨਗਰ ਤੋਂ ਹੁੰਦੇ ਹੋਏ, ਮਾਲ ਰੋਡ ਤੋਂ ਵੈਲਕਮ ਪੈਲਸ ਦੇ ਵਿੱਚ ਜਾ ਕੇ ਸਮਾਪਤ ਹੋਣੀਆਂ। ਇਹ ਰੈਲੀ ਪ੍ਰੀਤ ਪੈਲਸ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਹੁੰਦੀ ਹੋਈ, ਜਵਾਹਰ ਨਗਰ, ਕੋਚਰ ਮਾਰਕੀਟ, ਆਰਤੀ ਚੌਂਕ ਹੁੰਦੀ ਹੋਈ, ਇਹ ਵੈਲਕਮ ਪੈਲਸ ਵਿਖੇ ਜਾ ਕੇ ਸਮਾਪਤ ਹੋਏਗੀ। ਇਹ ਸੈਂਕੜਾ ਮੋਟਰਸਾਈਕਲ ਇੱਥੇ ਪਹੁੰਚੇ ਨੇ, ਜੋਸ਼ ਦੇ ਨਾਲ ਨੇ ਪੂਰੇ ਭਰੇ ਹੋਏ ਸਾਥੀ। ਇਸ ਦੇ ਨਾਲ ਬਿੱਟੂ ਜੀ ਦੀ ਜਿੱਤ ਯਕੀਨੀ ਹੈ। ਠਾਠਾ ਮਾਰ ਦੀ ਟੈਲੀ ਪੂਰੇ ਲੁਧਿਆਣੇ ਨੂੰ ਪਤਾ ਲੱਗੂਗਾ ਵੀ ਅੱਜ ਇਹ ਇਕੱਠ ਬਹੁਤ ਵੱਡਾ ਹੈ। ਇਹ ਸਰ ਇੱਥੋਂ ਜਾ ਰਹੀ ਅਬਦੁੱਲਾਪੁਰ ਬਸਤੀ ਤੋਂ ਲੈ ਕੇ ਆਪਣਾ ਬੱਸ ਸਟੈਂਡ, ਬੱਸ ਸਟੈਂਡ ਤੋਂ ਆਰਤੀ ਚੌਂਕ, ਵੈਲਕਮ ਪੈਲਸ ਤੱਕ ਜਾ ਰਹੀ ਹੈ ਸਰ। ਬਿਊਰੋ ਰਿਪੋਰਟ, ਲੁਧਿਆਣਾ ਵਿਊ।